بسم اللہ الرحمن الرحیم السلام علیکم دوستو ਤੁਹਾਡਾ بھائی اسلام ਖਾਨ ਅੱਜ ਤੁਹਾਡੇ ਵਾਸਤੇ ਲੈ ਕੇ ਆਇਆ ਹੈ ਦੋਸਤੋ MTZ 510 ਟਰੈਕਟਰ ਬਹੁਤ ਹੀ ਪਿਆਰਾ ਮਾਸ਼ਾਅੱਲਾ ਟਰੈਕਟਰ ਹੈ ਜੀ ਸਾਫ਼ ਸੁਥਰਾ ਤੇ ਸੋਹਣਾ ਟਰੈਕਟਰ ਹੈ ਤੇ ਉਸ ਤੋਂ ਪਹਿਲੇ ਥੋੜੀ ਜਿਹੀ ਮੇਰੀ ਰਿਕਵੈਸਟ ਹੈ ਅਗਰ ਚੈਨਲ ਤੇ ਨਵੇਂ ਹੋ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਤੇ ਆਲ ਨੋਟੀਫਿਕੇਸ਼ਨ ਔਨ ਕਰ ਲਓ ਵੀਡੀਓ ਅੱਛੀ ਲੱਗੇ ਲਾਈਕ ਸ਼ੇਅਰ ਜ਼ਰੂਰ ਕਰਿਆ ਜੀ ਦੋਸਤੋ ਤੇ ਦੇਖ ਲੋ ਟਰੈਕਟਰ ਸ਼ੌਕੀਨ ਲੋਗਾਂ ਵਾਸਤੇ ਜਿਹੜੇ ਸ਼ੌਕ ਦਾ ਟਰੈਕਟਰ ਰੱਖਣਾ ਚਾਹੁੰਦੇ ਨੇ ਨਾ ਉਹਨਾਂ ਲੋਗਾਂ ਵਾਸਤੇ ਟਰੈਕਟਰ ਮੈਂ ਲਿਆ ਕੇ ਆਂ ਤੇ ਦੇਖ ਲੋ ਕਿੰਨਾ ਸਜਿਆ ਆ ਮਾਸ਼ਾਅੱਲਾ ਟਰੈਕਟਰ ਸਾਫ ਸੁਥਰਾ ਤੇ ਮਾਡਲ ਹੈਗਾ 6 ਤੇ ਹਾਲੇ ਤੱਕ ਇੱਕ ਕਿਤੋਂ ਵੀ ਨਹੀਂ ਖੁੱਲਾ ਨਾ ਇਹਦਾ ਗੇਅਰ ਬਕਸਾ ਖੁੱਲਾ ਨਾ ਇੰਜਨ ਖੁੱਲਾ ਕੁਝ ਵੀ ਨਹੀਂ ਹਾਲੇ ਖੁੱਲਾ ਟੋਟਲ ਟਰੈਕਟਰ ਬੰਦ ਹੈਗਾ ਪੰਪ ਤੱਕ ਨਹੀਂ ਖੁੱਲਾ ਹੋਇਆ ਤੁਸੀਂ ਦੇਖ ਸਕਦੇ ਹੋ ਕਿਤੋਂ ਇਹਦੇ ਰੰਗ ਜਾਂ ਚਾਬੀ ਨਹੀਂ ਲੱਗੀ ਹੋਈ ਨਜ਼ਰ ਆ ਰਹੀ ਤੁਹਾਨੂੰ ਇਹ ਦੇਖ ਲਓ ਬਿਲਕੁਲ ਸਾਫ਼ ਸੁਥਰਾ ਦੋਸਤੋ ਚੰਗਾ ਸਜਿਆ ਟਰੈਕਟਰ ਬੰਪਰ ਵੀ ਚੰਗਾ ਪਾਰਾ ਬੰਪਰ ਤੇ ਤਾਜ ਫੁੱਲ ਫੁੱਲ ਹਰ ਚੀਜ਼ ਲੱਗੀ ਹੋਈ ਯਾਨੀ ਕਿ ਸ਼ੌਕ ਦਾ ਟਰੈਕਟਰ ਰੱਖਿਆ ਹੈ ਤੇ ਇਹ ਦੇਖ ਸਕਦੇ ਹੋ 에어 ਪੰਪ ਵੀ ਇਹਨੂੰ ਲੱਗਿਆ ਹੋਇਆ ਹੈ ਦੇਖ ਲਓ ਦੋਸਤੋ ਮਾਸ਼ਾਅੱਲਾ ਬਹੁਤ ਹੀ ਖੂਬਸੂਰਤ ਗੱਡੀ ਜਿੰਨੀ ਤਾਰੀਫ ਕੀਤੀ ਹੈ ਉਨੀ ਕੱਟ ਹੈ ਦੇਖ ਲਓ ਤਾਨੂੰ 6 ਮਾਡਲ ਇਸ ਤਰ੍ਹਾਂ ਦਾ ਬਹੁਤ ਕੱਟ ਲੱਗੇਗਾ ਇਸ ਤਰ੍ਹਾਂ ਸਾਫ਼ ਸੁਥਰਾ ਹੈ ਦੇਖ ਲਓ 2 15 ਰਿਮ ਤੇ ਕੁਪਾ ਸ਼ੁਪਾ ਹੋਜ਼ਿੰਗ ਟੋਟਲ ਹਾਲੇ ਦੋਸਤੋ ਬੰਦ ਟਰੈਕਟਰ ਕਿਤੋਂ ਖੁੱਲਾ ਹੋਇਆ ਨਹੀਂ ਹੈ ਹੁੰਦਾ ਕੋਈ ਟਰੈਕਟਰ ਗੇਅਰ ਬਕਸਾ ਜਾਂ ਪਿਛਲਾ ਹਿੱਸਾ ਖੋਲ ਜਾਂਦਾ ਹੈ ਜਾਂ ਕਲੱਚ ਤੇ ਅਕਸਰ ਦੇ ਖੁੱਲੇ ਹੁੰਦੇ ਨੇ ਲੇਕਿਨ ਇਹਦਾ ਕਲੱਚ ਵੀ ਨਹੀਂ ਹਾਲੇ ਖੁੱਲਾ ਹੈ ਤੁਸੀਂ ਰਾਈਟ ਸਾਈਡ ਦਾ ਰਿਮ ਟਾਇਰ ਚੈੱਕ ਕਰ ਲਓ ਦੋਸਤੋ ਟਾਇਰ ਤਕਰੀਬਨ ਜਿਹੜਾ ਅਗਲਾ ਟਾਇਰ ਨਜ਼ਰ ਆ ਰਿਹਾ ਉਹ ਤਕਰੀਬਨ 10 ਕੋ ਆਨੇ ਹੈ ਤੇ ਇਹ ਇਥੋਂ ਰੰਗ ਚੈੱਕ ਕਰ ਲਓ ਦੋਸਤੋ ਇੰਜਨ ਦਾ ਇਹ ਦੇਖ ਲੋ ਬਿਲਕੁਲ ਸਾਫ ਸੁਥਰਾ ਹੈ ਸ਼ੋਅ ਤੇ ਥੋੜਾ ਜਿਹਾ ਨਿਸ਼ਾਨ ਹੈਗਾ ਬਾਕੀ ਸਾਫ ਸੁਥਰਾ ਹੈ 520 ਟਰੈਕਟਰ ਹੈ ਦੋਸਤੋ ਇਹ ਦੇਖ ਨੂੰ ਹੈ ਥੱਲੇ ਦੀ ਚੈਂਬਰ ਦਾ ਰਾਂਗ ਦੇਖ ਲੋ ਦੋਸਤੋ ਇਹ ਦੂਸਰੀ ਸਾਈਡ ਦਾ ਕੁੱਪਾ ਤੇ ਹਾਊਸਿੰਗ ਤੇ ਟੂਬ ਦੇਖ ਲੋ ਬਹੁਤ ਜ਼ਬਰਦਸਤ ਟਰੈਕਟਰ ਹੈ ਬਹੁਤ ਮਾਸ਼ਾਅੱਲਾ ਜੀ ਬਹੁਤ ਪਿਆਰਾ ਟਰੈਕਟਰ ਬਣਾ ਕੇ ਰੱਖਿਆ ਜਿਹਨੇ ਵੀ ਰੱਖਿਆ ਹੈ ਤੇ ਬਹੁਤ ਸਾਮ ਕੀਤੀ ਮੁਕੰਮਲ ਟਰੈਕਟਰ ਹੈ ਦੋਸਤੋ ਹੁੱਕ ਵੀ ਇਹਦੇ ਨਾਲ ਹੈ ਤੇ ਤਾਜ ਵੀ ਤੁਸੀਂ ਦੇਖ ਲਓ ਇਹਦੇ ਤੇ ਛੱਤ ਜਿਹੜੀ ਉਹ ਕਿੰਡੀ ਪਿਆਰੀ ਛੱਤ ਲੱਗੀ ਹੋਈ ਹੈ ਘਟੋਗਾਟੇ ਦਾ ਜਿਹੜਾ ਸਮਾਨ ਨਾਲ ਲੱਗਿਆ ਆ ਉਹਦਾ ਆਈਡੀਆ ਲਈਏ 2 ਤੋਂ 2.5 ਲੱਖ ਰੁਪਏ ਦਾ ਸਮਾਨ ਹੈ ਜਿਹੜਾ ਇਹਦੇ ਉੱਤੇ ਲੱਗਾ ਹੋਇਆ ਹੈ ਟਰੈਕਟਰ ਦੇ ਇਹ ਦੇਖ ਲਓ ਮਾਸ਼ਾਅੱਲਾ ਜੀ ਇੱਥੋਂ ਚੈੱਕ ਕਰੋ ਇਹ ਪਿਛਲੀ ਸਾਈਡ ਹੈ ਇਹ ਦੇਖ ਲਓ ਅੰਦਰਲੀ ਸਾਈਡ ਤੋਂ ਵੀ ਮਾਡਲ 6 ਤੇ ਕੰਡੀਸ਼ਨ ਤੁਸੀਂ ਚੈੱਕ ਕਰ ਲਓ 18 ਮਾਡਲ ਨੂੰ ਵੀ ਪਿੱਛੇ ਛੱਡਦਾ ਹੈ ਇਹ ਦੇਖ ਲਓ ਤੋ ਬਿਲਕੁਲ ਸ਼ੋਅ ਸਾਫ ਹੈ ਉਤੋਂ ਕੋਈ ਰੰਗ ਨਹੀਂ ਲੱਥਾ ਹੋਇਆ ਕੋਈ ਕੁਝ ਨਹੀਂ ਤੇ ਛੜੀਆਂ ਦੇਖ ਲਓ ਦੋਸਤੋ ਕਿੰਨੀਆਂ ਪੂਰੀ ਪੰਡ ਛੜੀਆਂ ਦੀ ਲਾਈ ਹੋਈ ਹੈ ਇਹਨਾਂ ਦੇ ਨਾਲ ਇਹ ਚੀਜ਼ ਵੀ ਦੇਖ ਲਓ ਬਹੁਤ ਸੋਹਣਾ ਡਾਕਟਰ ਮਾਸ਼ਾਅੱਲਾ ਜੀ ਦੋਸਤੋ ਅਗਰ ਮੇਰੀ ਵੀਡੀਓ ਅੱਛੀ ਲੱਗੇ ਤੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਆ ਜੇ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਿਆ ਜੇ ਕੈਸੀ ਲੱਗੀ ਮੇਰੀ ਵੀਡੀਓ ਤੇ ਨੰਬਰ ਇਹਨਾਂ ਦਾ ਮੈਂ ਥੱਲੇ ਡਿਸਕ੍ਰਿਪਸ਼ਨ ਵਿੱਚ ਦੇ ਦੇਵਾਂਗਾ ਅਗਰ ਕੋਈ ਖਰੀਦਣ ਦਾ ਖਾਹਿਸ਼ਮੰਦ ਹੋਏ ਤੇ ਉਸ ਨੰਬਰ ਤੇ ਰਾਬਤਾ ਕਰ ਸਕਦਾ ਹੈ ਆ ਦੇਖ ਲਓ ਬੰਮਪਰ ਬਹੁਤ ਆਲਾ ਕਿਸਮ ਦਾ ਬੰਪਰ ਲੱਗਿਆ ਜੀ ਮਾਸ਼ਾਅੱਲਾ ਚੰਗਾ ਡੈਕਟਰ ਸਜਾ ਕੇ ਰੱਖਿਆ ਹੋਇਆ ਹੈ ਦੋਸਤੋ ਜਿਵੇਂ ਦਾ ਇਹਨਾਂ ਨੇ ਸਜਾਇਆ ਹੈ ਤੇ ਫਿਰ ਕੀਮਤ ਵੀ ਓਂਝਦੀ ਸਜਾਈ ਹੋਈ ਕੀਮਤ ਵੀ ਮੰਗਦੇ ਨੇ ਕੀਮਤ ਜਿਹੜੀ ਮੰਗਦੇ ਨੇ ਉਹ ਬੰਦੇ ਦੇ ਇੱਕ ਵਾਰੀ ਕੰਨਾ ਜੋ ਤੂੰੇ ਘਾੜ ਦਿੰਦੇ ਨੇ ਮਾਲਕਾਂ ਨੇ ਡਿਮਾਂਡ ਕੀਤੀ ਜੀ ਇਹਦੀ 22 ਲੱਖ ਰੁਪਏ ਦੀ ਮੰਡੀ ਬਾਵਲ ਦੀ ਇਹਦੀ ਲੋਕੇਸ਼ਨ 'ਚ ਖੜਾ ਹੈ ਤੇ 22 ਲੱਖ ਰੁਪਏ ਮੰਗਦੇ ਨੇ 2006 ਮਾਡਲ ਹੈ 520 ਟਰੈਕਟਰ ਤੇ ਸੋਹਣਾ ਟਰੈਕਟਰ ਤੇ ਅੱਗੋ ਸੋਹਣੀ ਉਹਦੀ ਕੀਮਤ ਹੈ ਜਿਵੇਂ ਦਾ ਟਰੈਕਟਰ ਹੈ ਤੇ ਉਸ ਨਾਲੋਂ ਵੱਧ ਕਿ ਉਹਨਾਂ ਨੇ ਕੀਮਤ ਰੱਖੀ ਹੋਈ ਹੈ ਦੀ ਅਗਰ ਕੋਈ ਵੀ ਖਾਹਿਸ਼ਮੰਦ ਹੋਏ ਤੇ ਥੱਲੇ ਨੰਬਰ ਦੇ ਦਿੱਤਾ ਹੈ ਤੇ ਰਾਬਤਾ ਕਰ ਸਕਦੇ ਹੋ ਦੋਸਤੋ ਹੁਣ ਇਹਦਾ ਸਾਊਂਡ ਤੁਸੀਂ ਚੈੱਕ ਕਰ ਲਓ ਤੇ ਮੈਂ ਦੇਉਂ ਇਜਾਜ਼ਤ ਥੈਂਕ ਯੂ ਲਾਫ Yeah, I made like...